ਜਲੰਧਰ ਦੇ ਵਿੱਚ ਪਲਾਸਟਿਕ ਸਕ੍ਰੈਪ ਗੋਦਾਮ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਦੇਰ ਰਾਤ ਭਿਆਨਕ ਅੱਗ ਲੱਗ ਗਈ ਅਤੇ ਅੱਗ 'ਤੇ ਅਜੇ ਤੱਕ ਕੋਈ ਵੀ ਕਾਬੂ ਨਹੀਂ ਪਾਇਆ ਗਿਆ। 60 ਤੋਂ ਵੱਧ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਅੱਗ ਬੁਝਾਉਣ 'ਤੇ ਲੱਗੀਆਂ ਹੋਈਆਂ ਨੇ, ਪਰ ਅੱਗ 'ਤੇ ਹਜੇ ਤੱਕ ਕਾਬੂ ਨਹੀਂ ਪਾਇਆ ਗਿਆ। ਜਲੰਧਰ ਦੇ ਤਿਲਕ ਨਗਰ ਦਾ ਇਹ ਮਾਮਲਾ ਜਿੱਥੇ ਦੇਰ ਰਾਤ ਕਰੀਬ 1:30 ਵਜੇ ਇੱਕ ਪਲਾਸਟਿਕ ਸਕ੍ਰੈਪ ਦੇ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਸਵੇਰੇ 10 ਵਜੇ ਤੱਕ ਫਾਇਰ ਬ੍ਰਿਗੇਡ ਦੀਆਂ ਦਰਜਨਾਂ ਟੀਮਾਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਜਲੰਧਰ ਦੇ ਬਾਹਰੀ ਸਟੇਸ਼ਨਾਂ ਤੋਂ ਵੀ ਦਰਜਨਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਾਈਆਂ ਗਈਆਂ ਨੇ ਅਤੇ ਸਵੇਰੇ 10 ਵਜੇ ਤੱਕ ਜੋ 60 ਤੋਂ ਜ਼ਿਆਦਾ ਗੱਡੀਆਂ ਪਾਣੀ ਲੈ ਕੇ ਲੱਗੀਆਂ ਹੋਈਆਂ ਨੇ, ਪਰ ਅੱਗ 'ਤੇ ਹਜੇ ਤੱਕ ਕਾਬੂ ਨਹੀਂ ਪਾਇਆ ਗਿਆ। ਦੱਸਦੀ ਕਿ ਜਿਸ ਗੋਦਾਮ 'ਚ ਅੱਗ ਲੱਗੀ ਹੈ ਉਹ ਸਾਗਰ ਇੰਟਰਪ੍ਰਾਈਜ਼ ਨਾਮ ਦੀ ਇੱਕ ਫਰਮ ਦਾ ਦੱਸਿਆ ਜਾ ਰਿਹਾ। ਉੱਥੇ ਹੀ ਅੱਗ ਨੂੰ ਬੁਝਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। 60 ਤੋਂ ਵੱਧ ਗੱਡੀਆਂ ਦੇ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹਜੇ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਗਿਆ। ਜਲੰਧਰ ਦੇ ਵਿੱਚ ਪਲਾਸਟਿਕ ਸਕ੍ਰੈਪ ਗੋਦਾਮ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਦੇਰ ਰਾਤ ਭਿਆਨਕ ਅੱਗ ਲੱਗ ਗਈ ਅਤੇ ਅੱਗ 'ਤੇ ਅਜੇ ਤੱਕ ਕੋਈ ਵੀ ਕਾਬੂ ਨਹੀਂ ਪਾਇਆ ਗਿਆ। 60 ਤੋਂ ਵੱਧ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਅੱਗ ਬੁਝਾਉਣ 'ਤੇ ਲੱਗੀਆਂ ਹੋਈਆਂ ਨੇ, ਪਰ ਅੱਗ 'ਤੇ ਹਜੇ ਤੱਕ ਕਾਬੂ ਨਹੀਂ ਪਾਇਆ ਗਿਆ। ਜਲੰਧਰ ਦੇ ਤਿਲਕ ਨਗਰ ਦਾ ਇਹ ਮਾਮਲਾ ਜਿੱਥੇ ਦੇਰ ਰਾਤ ਕਰੀਬ 1:30 ਵਜੇ ਇੱਕ ਪਲਾਸਟਿਕ ਸਕ੍ਰੈਪ ਦੇ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਸਵੇਰੇ 10 ਵਜੇ ਤੱਕ ਫਾਇਰ ਬ੍ਰਿਗੇਡ ਦੀਆਂ ਦਰਜਨਾਂ ਟੀਮਾਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਜਲੰਧਰ ਦੇ ਬਾਹਰੀ ਸਟੇਸ਼ਨਾਂ ਤੋਂ ਵੀ ਦਰਜਨਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਾਈਆਂ ਗਈਆਂ ਨੇ ਅਤੇ ਸਵੇਰੇ 10 ਵਜੇ ਤੱਕ ਜੋ 60 ਤੋਂ ਜ਼ਿਆਦਾ ਗੱਡੀਆਂ ਪਾਣੀ ਲੈ ਕੇ ਲੱਗੀਆਂ ਹੋਈਆਂ ਨੇ, ਪਰ ਅੱਗ 'ਤੇ ਹਜੇ ਤੱਕ ਕਾਬੂ ਨਹੀਂ ਪਾਇਆ ਗਿਆ। ਦੱਸਦੀ ਕਿ ਜਿਸ ਗੋਦਾਮ 'ਚ ਅੱਗ ਲੱਗੀ ਹੈ ਉਹ ਸਾਗਰ ਇੰਟਰਪ੍ਰਾਈਜ਼ ਨਾਮ ਦੀ ਇੱਕ ਫਰਮ ਦਾ ਦੱਸਿਆ ਜਾ ਰਿਹਾ। ਉੱਥੇ ਹੀ ਅੱਗ ਨੂੰ ਬੁਝਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। 60 ਤੋਂ ਵੱਧ ਗੱਡੀਆਂ ਦੇ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹਜੇ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਗਿਆ। ਜਲੰਧਰ ਦੇ ਵਿੱਚ ਪਲਾਸਟਿਕ ਸਕ੍ਰੈਪ ਗੋਦਾਮ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਦੇਰ ਰਾਤ ਭਿਆਨਕ ਅੱਗ ਲੱਗ ਗਈ ਅਤੇ ਅੱਗ 'ਤੇ ਅਜੇ ਤੱਕ ਕੋਈ ਵੀ ਕਾਬੂ ਨਹੀਂ ਪਾਇਆ ਗਿਆ। 60 ਤੋਂ ਵੱਧ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਅੱਗ ਬੁਝਾਉਣ 'ਤੇ ਲੱਗੀਆਂ ਹੋਈਆਂ ਨੇ, ਪਰ ਅੱਗ 'ਤੇ ਹਜੇ ਤੱਕ ਕਾਬੂ ਨਹੀਂ ਪਾਇਆ ਗਿਆ। ਜਲੰਧਰ ਦੇ ਤਿਲਕ ਨਗਰ ਦਾ ਇਹ ਮਾਮਲਾ ਜਿੱਥੇ ਦੇਰ ਰਾਤ ਕਰੀਬ 1:30 ਵਜੇ ਇੱਕ ਪਲਾਸਟਿਕ ਸਕ੍ਰੈਪ ਦੇ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਸਵੇਰੇ 10 ਵਜੇ ਤੱਕ ਫਾਇਰ ਬ੍ਰਿਗੇਡ ਦੀਆਂ ਦਰਜਨਾਂ ਟੀਮਾਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਜਲੰਧਰ ਦੇ ਬਾਹਰੀ ਸਟੇਸ਼ਨਾਂ ਤੋਂ ਵੀ ਦਰਜਨਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਾਈਆਂ ਗਈਆਂ ਨੇ ਅਤੇ ਸਵੇਰੇ 10 ਵਜੇ ਤੱਕ ਜੋ 60 ਤੋਂ ਜ਼ਿਆਦਾ ਗੱਡੀਆਂ ਪਾਣੀ ਲੈ ਕੇ ਲੱਗੀਆਂ ਹੋਈਆਂ ਨੇ, ਪਰ ਅੱਗ 'ਤੇ ਹਜੇ ਤੱਕ ਕਾਬੂ ਨਹੀਂ ਪਾਇਆ ਗਿਆ। ਦੱਸਦੀ ਕਿ ਜਿਸ ਗੋਦਾਮ 'ਚ ਅੱਗ ਲੱਗੀ ਹੈ ਉਹ ਸਾਗਰ ਇੰਟਰਪ੍ਰਾਈਜ਼ ਨਾਮ ਦੀ ਇੱਕ ਫਰਮ ਦਾ ਦੱਸਿਆ ਜਾ ਰਿਹਾ। ਉੱਥੇ ਹੀ ਅੱਗ ਨੂੰ ਬੁਝਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। 60 ਤੋਂ ਵੱਧ ਗੱਡੀਆਂ ਦੇ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹਜੇ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਗਿਆ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।